मेरा नाम सरदार रजिंदर सिंह जी। केड़ा पिंड दा की नुकसान होया? मेरा पिंड आली लंगले ते मकंदपुर मेरा पोल्ट्री फार्म सीगा ते नुकसान मेरा अचानक कल तूफान आया। तूफान आउण दे नाल नाल ही मेरा उसे वेले शैड जिहड़े दोनों मिट्टी दे विच ही रल गए ने ते बहुत ज़्यादा नुकसान आ जिहदे विच इक मेरा बेटा काम कर रहा ही ते इक मेरा नाल नौकर काम कर रहा है ते उन्हां दे भी काफ़ी सट्टां लगियां ने ते उन्हां नूं हस्पताल दाखल कराया। मैं अपने बेटे नूं मेरा जिहड़ा नौकर सीगा उहदे सट्ट बांह ते ही आ ते उहदी वड्डी फ्रैक्चर हो गई आ ते बहुत ज़्यादा साडा नुकसान हो गया जी। ਕਿੰਨੀ ਤੇਜ਼ ਤੂਫਾਨ ਕਿੰਨੀ ਗਤੀ ਹੋਈ? ਤੂਫਾਨ ਦਾ ਕੀ ਕਹਿ ਸਕਦੇ ਅਸੀਂ ਤਾਂ ਕਿੰਨੇ 150 ਤੋਂ ਵੀ ਉੱਪਰ ਹੀ ਮੇਰੇ ਖਿਆਲ ਦੋ ਸੌ ਦੇ ਲਗਭਗ ਗਤੀ ਹੋਣੀ ਜਿਹੜੇ ਹਿਸਾਬ ਨਾਲ ਨੁਕਸਾਨ ਸਾਡੇ ਛੱਡਾਂ ਦਾ ਹੋਇਆ ਜੀ। ਕਿੰਨੀਆਂ ਛੱਡਾਂ ਆਈਆਂ ਤੁਹਾਡੀਆਂ? ਛੱਡਾਂ ਸਾਡੀਆਂ ਦੋ ਸੀਗੀਆਂ ਜੀ, ਇੱਕ 220 ਫੁੱਟ ਚੌੜੀ ਲੰਬੀ ਸੀਗੀ ਤੇ ਇੱਕ 100 ਫੁੱਟ ਲੰਬੀ ਸੀਗੀ। ਦੋਨੋਂ ਹੀ ਜਿਹੜੀਆਂ ਨੇ ਮਿੱਟੀ ਦੇ ਵਿੱਚ ਹੀ ਮਿਲ ਚੁੱਕੀਆਂ ਨੇ, ਉਹ ਤੁਹਾਡੇ ਸਾਹਮਣੇ ਸਾਰਾ ਕੁਝ ਤੁਸੀਂ ਵੇਚ ਚੁੱਕੇ ਹੋ। ਕਿੰਨਾ ਕੁ ਮੁਰਗੇ ਸਨ ਇਸ? ਮੁਰਗੇ 6,500 ਮੁਰਗਾ ਪਾਇਆ ਸੀਗਾ ਜੀ, ਜਿਹਦੇ ਵਿੱਚੋਂ ਕਾਫੀ ਮੁਰਗਾ ਮਰ ਗਿਆ ਤੇ ਮਲਬੇ ਦੇ ਥੱਲੇ ਨੱਪਿਆ ਆ ਤੇ ਹੁਣ ਜਦੋਂ ਪੁੱਟਾਂਗੇ ਮਲਬਾ ਤੇ ਫੇਰ ਹੀ ਪਤਾ ਲੱਗਣਾ ਵੀ ਕਿੰਨਾ ਕੁ ਮਰ ਗਿਆ ਤੇ ਕਿੰਨਾ ਕੁ ਬਚਿਆ ਵਿੱਚ। ਛੱਡਾਂ ਬਣਾਉਣ ਲੱਗੇ ਕਿੰਨਾ ਕੁ ਖਰਚਾ ਆਇਆ ਸੀ? ਉਦੋਂ ਵੀ ਕੋਈ 25-30 ਲੱਖ ਦੇ ਲਗਭਗ ਲੱਗ ਗਿਆ ਜੀ ਸਾਡਾ ਛੱਡਾਂ ਬਣਾਉਣ ਤੇ। ਹੁਣ ਕਿੰਨਾ ਕੁ ਨੁਕਸਾਨ ਜਿਹੜਾ? ਨੁਕਸਾਨ ਤੁਸੀਂ ਕੈਮਰਾ ਮਾਰ ਕੇ ਵੇਖੋ, ਇੱਧਰ ਤੁਹਾਡੇ ਸਾਹਮਣੇ ਆ ਸਾਰਾ ਨੁਕਸਾਨ, ਟੋਟਲ ਨੁਕਸਾਨ ਹੀ ਆ। ਇਹ ਨਵਾਂ ਬਣਾਉਣ ਦੇ ਨਾਲੋਂ ਉਹਨਾਂ ਤੇ ਰਿਪੇਅਰ ਹੀ ਤਾਂ ਲੱਗ ਜਾਣਾ, ਇਹਨੂੰ ਚੁੱਕਣ 'ਤੇ ਸਾਡਾ ਖਰਚਾ ਆ ਜਾਣਾ ਸਾਰਾ ਹੀ। ਮੁਰਗਾ ਜਿਹੜਾ ਕੰਪਨੀ ਦਾ ਜਾਂ ਕੀ ਕਿੰਨੀ ਕੰਪਨੀ? ਮੁਰਗਾ ਕੰਪਨੀ ਦਾ ਸੀਗਾ ਜੀ। ਕੀ ਕਹਿੰਦੀ ਕੰਪਨੀ? ਕੰਪਨੀ ਨੇ ਕੀ ਕਹਿਣਾ ਜੀ, ਕੰਪਨੀ ਨੇ ਕਿਹਾ ਵਾ ਵੀ ਜਿਹੜੇ ਬਚੇ ਆ ਤੇ ਉਹ ਤੁਹਾਨੂੰ ਹੋਰ ਕੇ ਛੱਡ ਦੇ ਵਿੱਚ ਸ਼ਿਫਟ ਕਰ ਦੇਣੇ ਆ ਤੇ ਕੋਈ ਨਹੀਂ ਤੁਸੀਂ ਆਪਣਾ ਕੰਮ ਕਰੋ ਜਿਹੜਾ। ਕੋਈ ਪ੍ਰਸ਼ਾਸਨਿਕ ਅਧਿਕਾਰੀ ਜਾਂ ਕੋਈ ਮਾਇਆ ਮੰਤਰੀ? ਕੋਈ ਪ੍ਰਸ਼ਾਸਨ ਅਧਿਕਾਰੀ ਸਵੇਰੇ ਆਏ ਸਾਡਾ ਹਲਕਾ ਅਨਚਾਰ ਦੀਨਾਨਗਰ ਸ਼ਮਸ਼ੇਰ ਸਿੰਘ ਜੀ ਆਏ ਸੀਗੇ ਤੇ ਉਹਨਾਂ ਦੇ ਨਾਲ ਖਹਿਰਾ ਸਾਹਿਬ ਆਏ ਸੀ, ਡਿਪਟੀ ਡਾਇਰੈਕਟਰ ਆਏ ਸੀਗੇ ਤੇ ਉਹ ਵੀ ਮਤਲਬ ਸਾਨੂੰ ਕਹਿ ਕੇ ਤੇ ਗਏ ਨੇ ਵੀ ਅਸੀਂ ਤੁਹਾਨੂੰ ਵੱਧ ਤੋਂ ਵੱਧ ਮਦਦ ਕਰਾਂਗੇ ਤੇ ਕਰਨਗੇ ਤੇ ਚੰਗੀ ਗੱਲ ਹੈ, ਸਾਡਾ ਬਹੁਤ ਵਧੀਆ ਹੋ ਜਾਏਗਾ, ਗੁਜ਼ਾਰਾ ਹੋ ਜਾਏਗਾ। ਕੀ ਕਹਿਣਾ ਚਾਹੋਗੇ ਕਿਉਂਕਿ ਸਰਕਾਰ ਵੀ ਹਮੇਸ਼ਾ ਇਹ ਕਿਸਾਨਾਂ ਨੂੰ ਪਾਉਂਦੀ ਹੈ ਕਿ ਕਿਸਾਨ ਸਹਾਇਕ ਧੰਦੇ ਅਪਣਾਉਣ, ਖੇਤੀਬਾੜੀ ਫਸਲੀ ਚੱਕਰ ਦੇ ਚੋਂ ਬਾਹਰ ਨਿਕਲੇ। ਜਦੋਂ ਇਹੋ ਜਿਹੀਆਂ ਕੁਦਰਤੀ ਆਫਤਾਂ ਆ ਜਾਂਦੀਆਂ ਫਿਰ ਕਿਸਾਨ ਦਾ ਕੋਈ ਕੀ ਮੰਗ ਹੈ ਜੀ? ਵੇਖੋ ਜੀ, ਹੁਣ ਕੁਦਰਤੀ ਆਫਤ ਆ ਗਈ ਹੈ, ਹੁਣ ਸਾਰਾ ਕੁਝ ਤਾਂ ਨੁਕਸਾਨ ਹੋ ਗਿਆ। ਇਹ ਤਾਂ ਜੇ ਤੁਸੀਂ ਕਹੋਗੇ ਵੀ ਦੁਬਾਰਾ ਧੰਦਾ ਸ਼ੁਰੂ ਕਰ ਲਿਓ, ਉਹ ਤਾਂ ਸਾਡੇ 'ਚ ਪਾਵਰ ਹੈ ਨਹੀਂ ਗੇ ਕਰ ਲਈਏ। ਅੱਗੇ ਅਸੀਂ ਪਤਾ ਨਹੀਂ ਕਿੱਦਾਂ ਕਰਦਾ ਕੀਤਾ, ਕਰਜ਼ਾ ਲੈ ਕੇ ਕੀਤਾ ਸੀ। ਹੁਣ ਦੇ ਦੁਬਾਰਾ ਧੰਦਾ ਸ਼ੁਰੂ ਕਰਨ ਦੇ ਵਾਸਤੇ ਜੇ ਤਾਂ ਸਰਕਾਰ ਪ੍ਰਸ਼ਾਸਨ ਸਾਡੀ ਬਾਂਹ ਫੜੇਗਾ ਤਾਂ ਅਸੀਂ ਕਰ ਸਕਦੇ ਹਾਂ, ਅਦਰਵਾਈਜ਼ ਅਸੀਂ ਕੁਛ ਵੀ ਨਹੀਂ ਕਰ ਸਕਦੇ ਜੀ। ਇਹਦੀ ਤਾਂ ਮਤਲਬ ਮਲਬਾ ਵੀ ਨਹੀਂ ਇਹਦਾ ਚੁੱਕ ਸਕਦੇ ਆਪਣੇ ਕੋਲ। ਸਰਕਾਰ ਬਾਰ ਬਾਰ ਕਿਸਾਨਾਂ ਨੂੰ ਕਹਿ ਰਹੀ ਹੈ ਕਿ ਸਹਾਇਕ ਧੰਦੇ ਅਪਣਾਓ, ਸਹਾਇਕ ਧੰਦੇ ਅਪਣਾਓ। ਕੀ ਹੋਣਾ ਚਾਹੀਦਾ ਜੇ ਅਜਿਹੀਆਂ ਆਫਤਾਂ ਆ ਜਾਣ ਜਾਂ ਕਿਵੇਂ ਦੀ? ਵੇਖੋ ਜੀ, ਜੇ ਤਾਂ ਸਰਕਾਰਾਂ ਬਾਂਹ ਫੜਦੀਆਂ ਨੇ ਸਾਡੀਆਂ, ਸਰਕਾਰ ਸਾਨੂੰ ਕੁਛ ਨਾ ਕੁਛ ਮਾਲੀ ਸਹਾਇਤਾ ਦਿੰਦੀ ਆ ਤੇ ਲੋਕ ਇਹਨਾਂ ਨੂੰ ਚਲੋ ਆਖਣਗੇ ਵੀ ਹਾਂ ਵੀ ਸਹਾਇਕ ਧੰਦਾ ਵਜੇ ਨੁਕਸਾਨ ਹੁੰਦਾ, ਸਰਕਾਰ ਬਾਂਹ ਫੜਦੀ ਹੈ। ਕੁਦਰਤੀ ਆਫਤ ਆ ਗਈ ਆ, ਸਰਕਾਰ ਬਾਂਹ ਫੜਦੀ, ਜੇ ਸਰਕਾਰ ਬਾਂਹ ਫੜੇਗੀ ਤੇ ਫਿਰ ਹੀ ਗਾੜੀ ਇਸ ਕੰਮ ਨੂੰ ਵਧਾਂਗੇ, ਨਹੀਂ ਤੇ ਅਸੀਂ ਛੱਡ ਕੇ ਤੇ ਆਪਣੇ ਫਿਰ ਦਿਹਾੜੀ ਧੱਪੇ ਵੱਲ ਨਹੀਂ ਤੁਰਨਾ ਵਾ ਜੀ ਸਾਰਿਆਂ। ਆਸ ਪਾਸ ਨੁਕਸਾਨ ਬਹੁਤ ਜ਼ਿਆਦਾ ਹੋਇਆ ਜੀ, ਦਰਖਤ ਬਹੁਤ ਟੁੱਟ ਗਏ ਨੇ, ਲੋਕਾਂ ਦੇ ਬੰਬੀਆਂ ਵਾਲੇ ਕੋਠੇ, ਸੜਕਾਂ ਦੇ ਉੱਤੇ ਦਰਖਤ ਨੇ, ਰੋਡ ਜਾਮ ਨੇ, ਬਿਜਲੀ ਬੋਰਡ ਦਾ ਨੁਕਸਾਨ ਬਹੁਤ, ਟਰਾਂਸਫਾਰਮ ਬਹੁਤ ਜ਼ਿਆਦਾ ਟੁੱਟ ਗਏ ਨੇ, ਵਾਲੇ ਟੁੱਟ ਗਏ ਨੇ, ਲਾਈਟ ਤਾਂ 4-5 ਦਿਨ ਵੀ ਨਹੀਂ ਆਏਗੀ ਮੇਰੇ ਖਿਆਲ 'ਚ।